ਦੀ ਇਲੈਕਸ਼ਨ ਦੇਖਾਂ ਤਾਂ ਬਹੁਤ ਵੱਡਾ ਜਿਹੜਾ ਹੁੰਗਾਰਾ ਸੰਗਤਾਂ ਵੱਲੋਂ ਭੈਣਾਂ ਭਰਾਵਾਂ ਨੂੰ ਮਿਲ ਰਿਹਾ। ਦੇਖੋ ਮੈਂ ਤਾਂ ਨਾਭੇ ਦੇ 140 ਪਿੰਡ ਵੀ ਨਹੀਂ ਜਾਣਦਾ ਸੀ ਜਦੋਂ ਮੈਂ ਇਲੈਕਸ਼ਨ ਲੜੀ, ਤਾਂ ਉਸ ਤੋਂ ਬਾਅਦ ਜਿਹੜਾ ਮੈਂ ਲਗਾਤਾਰ 5 ਸਾਲ ਸੇਵਾ ਕਰੀ ਉਹਦੇ 'ਚ ਤੁਸੀਂ ਆਹ ਦੇਖੋ ਸਾਡੇ ਮਲਕੀਤ ਗਰੁੱਪ ਸਾਡੇ ਨਾਲ ਜੁੜੇ ਨੇ, ਨਵੇਂ ਸਾਡੇ ਹਰੀ ਸਿੰਘ ਜੀ ਨੇ ਉਹ ਵੀ ਜੁੜੇ ਨੇ, ਔਰ ਨਾਭੇ ਦੇ ਬਹੁਤ ਇੰਡਸਟਰੀਲਿਸਟ ਫੋਕਲ ਪੁਆਇੰਟ ਦੇ ਉਹ ਵੀ ਸਾਡੇ ਨਾਲ ਜੁੜੇ ਨੇ, ਔਰ ਹਿੰਦੂਆਂ ਦੇ ਤਕਰੀਬਨ 500-600 ਮਹਾਜਨ ਪਰਿਵਾਰ ਉਹ ਵੀ ਸਾਡੇ ਨਾਲ ਜੁੜੇ ਨੇ। ਪਿੰਡਾਂ ਦੇ ਜਿੱਥੇ ਵੀ ਮੈਂ ਜਾ ਰਿਹਾ ਬਹੁਤ ਵੱਡੀ ਭਾਰੀ ਗਿਣਤੀ 'ਚ ਪੰਚਾਇਤਾਂ ਦੀਆਂ ਪੰਚਾਇਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰ ਰਹੀਆਂ ਨੇ। ਸੋ ਮੈਨੂੰ ਨਹੀਂ ਲੱਗਦਾ ਵੀ ਐਤਕੀ ਕੋਈ ਗੜਬੜ ਹੋਊਗੀ, ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਲੋਕਾਂ ਨੇ ਮੇਰਾ ਖਿਆਲ ਹੈ ਮਨ ਬਣਾ ਲਿਆ ਵੀ ਜ਼ਰੂਰ ਐਤਕੀ ਸ਼੍ਰੋਮਣੀ ਅਕਾਲੀ ਦਲ 'ਚ ਨਾਭੇ ਦਾ ਹਿੱਸਾ ਪਊਗਾ। ਰਹਿਣ ਵਾਲਾ ਹਰਿਆਣੇ ਦਾ, ਵੀਹ 'ਚ ਹਰਿਆਣੇ ਦੇ ਵਿਧਾਨ ਸਭਾ ਦੇ ਇਲੈਕਸ਼ਨ ਹੋਏ, ਜੇ ਉੱਥੇ ਦਾ ਰਹਿਣ ਵਾਲਾ ਤਾਂ ਉੱਥੇ ਕਿਉਂ ਨਹੀਂ ਇਲੈਕਸ਼ਨ ਲੜਿਆ? ਉਹ ਇਸ ਕਰਕੇ ਵੀ ਲੋਕ ਉੱਥੇ ਉਸ ਨੂੰ ਜਾਣਦੇ ਆ। ਉੱਥੇ ਜਿਹੜਾ ਪੰਜਾਬ ਦਾ ਨੁਕਸਾਨ ਕਰਨਾ, ਪੰਜਾਬ ਦਾ ਪਾਣੀ ਉਹਨੇ ਹਰਿਆਣੇ ਵਾਸਤੇ ਮੰਗਣਾ, ਅਤੇ ਉੱਥੇ ਜਾ ਕੇ ਇਸ ਕਰਕੇ ਨਹੀਂ ਇਲੈਕਸ਼ਨ ਲੜਦਾ ਕਿਉਂਕਿ ਲੋਕਾਂ ਨੇ ਉਹਨੂੰ ਘੇਰ ਲੈਣਾ ਵੀ ਤੂੰ ਪਾਣੀ ਲਿਆ ਕੇ ਦਏਗਾ, ਉੱਥੇ ਕੀ ਬੋਲੂਗਾ, ਉੱਥੇ ਕੁਛ ਬੋਲ ਨਹੀਂ ਸਕਦਾ, ਇੱਥੇ ਮੂਰਖ ਬਣਾ ਰਿਹਾ ਮੈਨੂੰ ਦਿੱਲੀ 'ਚ ਤੁਸੀਂ ਉਹ ਦੇਵੋ ਜੀ, ਮੈਂ ਦਿੱਲੀ ਦਾ ਮਾਡਲ ਇੱਥੇ ਬਣਾ ਦੂੰਗਾ। ਸੋ ਇਹਦੀਆਂ ਜਿਹੜੀਆਂ ਗੱਲਾਂ ਨੇ ਇਹ ਖੋਖਲੀਆਂ ਗੱਲਾਂ ਨੇ। ਹੁਣ ਲੋਕੋ ਵੀ ਸਮਝ ਗਏ ਵੀ ਵਟਸਐਪ 'ਤੇ ਸਾਰਾ ਕੁਝ ਸੱਚ ਨਹੀਂ ਚੱਲਦਾ, ਝੂਠ ਦਾ ਪਲੰਦਾ ਹੈ। ਅਸਲੀਅਤ 'ਚ ਜੀਰੋ ਗਰਾਊਂਡ 'ਤੇ ਜੇ ਲੋਕਾਂ 'ਚ ਜਾਓਗੇ ਲੋਕ ਹੁਣ ਸਮਝਣ ਲੱਗ ਗਏ। ਸਾਰਾ ਨਾਭਾ ਜੁੜ ਗਿਆ, ਆਲ ਦੁਆਲ ਸਾਰੇ ਪਿੰਡ ਜੁੜ ਗਏ, ਪਰਮਾਤਮਾ ਭਲਾ ਕਰੇ, ਬਾਊ ਜੀ ਨੂੰ ਤਰੱਕੀ ਮਿਲੇ, ਅਸੀਂ ਤਾਂ ਦਿਲੋਂ ਇਹੀ ਚਾਹੁੰਦੇ ਹਾਂ। ਪਹਿਲਾਂ 20-30% ਦਾ ਫਰਕ ਹੈ ਬਾਊ ਜੀ, ਇਸ ਵਾਰ ਉਮੀਦ ਆ 100% ਬਾਊ ਜੀ ਨਾਭੇ 'ਚੋਂ ਜਿੱਤ ਕੇ ਜਾ।